ਪੰਜਾਬ ਵਿੱਚ ਵੱਧਦੇ ਸੜਕ ਹਾਦਸਿਆਂ ਦਾ ਮੁੱਖ ਕਾਰਨ ਹੈ ਮੋਬਾਈਲ ਫੋਨ ਦੀ ਵੱਧ ਵਰਤੋਂ। ਸੜਕ ਤੇ ਚੱਲਦੇ ਪੈਦਲ ਯਾਤਰੀ ਅਤੇ ਵਾਹਨਾਂ ਤੇ ਸਵਾਰ ਯਾਤਰੀ ਵੱਧ ਤੋਂ ਵੱਧ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ, ਜਿਸ ਕਰਕੇ ਸੜਕ ਹਾਦਸਿਆਂ ਵਿੱਚ ਕਈ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ। ਇਹਨਾਂ ਹੀ ਹਾਦਸਿਆਂ ਕਰਕੇ ਲਿਥੁਆਨੀਆ ਵਿੱਚ ਫੋਨ ਦੀ ਵੱਧ ਵਰਤੋਂ ਕਰਨ ਵਾਲੇ ਪੈਦਲ ਯਾਤਰੀਆਂ ਨੂੰ ਨਵੇਂ ਨਿਯਮਾਂ ਤਹਿਤ ਸੜਕਾਂ ਤੇ ਜਾਣ ਤੋਂ ਬਾਅਦ ਮੋਬਾਈਲ ਉਪਕਰਨਾਂ ਦੀ ਵਰਤੋਂ ਕਰਨ ਵਾਲਿਆਂ ਤੇ ਸਖ਼ਤ ਕਾਨੂੰਨ ਬਣਾਏ ਗਏ ਹਨ। ਇਹ ਕਾਨੂੰਨ ਬਾਲਟਿਕ ਦੇਸ਼ਾਂ ਵਿੱਚ ਟ੍ਰੈਫਿਕ ਹਾਦਸੇ ਅਤੇ ਮੌਤਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ। ਸੜਕਾਂ ਤੇ ਜਾਣ ਤੋਂ ਪਹਿਲਾਂ ਜਾਂ ਪੈਦਲ ਤੁਰਨ ਤੋਂ ਪਹਿਲਾਂ ਪੈਦਲ ਯਾਤਰੀਆਂ ਨੂੰ ਮੋਬਾਈਲ ਉਪਕਰਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸੜਕ ਪਾਰ ਕਰਨ ਵੇਲੇ ਜਾਂ ਫੋਨ ਤੇ ਗੱਲ ਕਰਦਿਆਂ ਯਾਤਰੀਆਂ ਨੂੰ €40 ਯਾਨੀ $46 ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਆਸ ਕਰਦੇ ਹਾਂ ਕਿ ਪੰਜਾਬ ਵਿੱਚ ਇਹੋ ਜਿਹਾ ਕਾਨੂੰਨ ਜਲਦੀ ਹੀ ਲਾਗੂ ਹੋਵੇਗਾ। ਬਿਊਰੋ ਰਿਪੋਰਟ 6 TV।